Adiós. ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਆ, ਹਰ ਜਗ੍ਹਾ ਬੂਟੇ ਲਾ ਰਹੇ ਨੇ, ਕੀ ਕਹਿਣਾ ਚਾਹੁੰਦੇ? ਪਹਿਲਾਂ ਤਾਂ ਦੇਸ਼ਾਂ ਦੇ ਵਿੱਚ ਸੰਗਤ ਬੈਠੀ ਆ ਜੀ, ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਰੱਬ ਜੀ ਟਰੱਸਟ। ਕਿਉਂਕਿ ਉਸ ਸੱਚੇ ਪਾਤਸ਼ਾਹ ਦਾ ਤਨਸ਼ਾਹ ਸ੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹਮੇਸ਼ਾ ਹੀ ਸ਼ੁਕਰਾਨਾ ਹੁੰਦਾ ਵਾ, ਤੇ ਜਿਹੜੀ ਕਿ ਸੇਵਾ ਨੂੰ ਸਮਰਪਿਤ ਹੁੰਦੇ ਆ, ਜਿਹੜੇ ਰੱਬ ਜੀ ਟਰੱਸਟ ਤੇ ਜਾਂ ਮੇਰੇ ਹੋਰ ਵੀ ਵੀਰ ਭੈਣ ਭਰਾ ਜਿਹੜੇ ਆ ਸੱਜਣ ਮਿੱਤਰ, ਅੱਜ ਇਸ GT ਰੋਡ ਤੇ ਹਾਈਵੇ ਤੇ ਜਿਹੜਾ ਸੈਂਟਰ ਵਾਲਾ ਪਾਰਟ ਆ ਉਹਦੇ ਵਿੱਚ ਜਿਹੜੇ ਕਿ ਕਰੀਬ 200 ਦੇ ਕਰੀਬ ਇਹ ਬੂਟੇ ਲਾ ਰਹੇ ਆ, ਸਮੁੱਚੀ ਸੰਗਤ ਨੂੰ ਇਹੀ ਬੇਨਤੀ ਕਰਦੇ ਆ ਵੀ ਜਿਹੜੇ ਬੂਟੇ ਵੱਧ ਤੋਂ ਵੱਧ ਲਾਇਆ ਜਾਏ। ਕਿਉਂਕਿ ਜਦੋਂ ਵੀ ਹੁਣ ਰੁੱਖਾਂ ਦੀ ਕਟਾਈ ਕੀਤੀ ਗਈ ਆ, ਜਿੰਨੇ ਵੀ ਹਾਈਵੇ ਰੋਡ ਨਿਕਲੇ ਆ ਤਕਰੀਬਨ ਸਾਰੇ ਹੀ ਰੋਡ ਸਾਫ਼ ਕਰ ਦਿੱਤੇ ਗਏ ਆ, ਤੇ ਆਕਸੀਜਨ ਦੀ ਵੀ ਕਮੀ ਬਹੁਤ ਜ਼ਿਆਦਾ ਹੋ ਰਹੀ ਆ। ਕਿਉਂਕਿ ਵੇਖ ਰਹੇ ਹਾਂ ਆਪਾਂ, ਕੋਈ ਆਕਸੀਜਨ ਸਿਲੰਡਰ ਲੈ ਰਿਹਾ, ਕੋਈ ਕੰਟੇਨਰ ਲੈ ਆਇਆ। ਕਿਉਂਕਿ ਜੇ ਆਪਣੇ ਕੋਲ ਰੁੱਖ ਲੱਗੇ ਹੋਣਗੇ ਤਾਂ ਮੈਂ ਸਮਝਦਾ ਵਾਂ ਵੀ ਕਿਸ ਤਰ੍ਹਾਂ ਦੀ ਵੀ ਇਹ ਜੀ ਪ੍ਰੋਬਲਮ ਨਹੀਂ ਆਊਗੀ, ਤੇ ਜਿਹੜਾ ਵਾਤਾਵਰਨ ਆਪਣਾ ਉਹ ਵੀ ਸ਼ੁੱਧ ਹੋਵੇਗਾ, ਆਪਾਂ ਨੂੰ ਖੁਰਾਕ ਆ ਜਿਹੜੀ ਜਾਂ ਕਹਿ ਲਓ ਵੀ ਆਪਣਾ ਆਕਸੀਜਨ ਜਿਹੜੀ ਹਵਾ ਪਾਣੀ ਜਿਹੜਾ ਸ਼ੁੱਧ ਮਿਲੂਗਾ। ਕਿਉਂਕਿ ਬੂਟੇ ਵੱਧ ਤੋਂ ਵੱਧ ਲਾਉਣੇ ਚਾਹੀਦੇ, ਜਿੰਨੀਆਂ ਵੀ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਜਿੰਨੇ ਜਾਂ ਹੋਰ ਵੀ ਪ੍ਰਬੰਧਕ ਕਮੇਟੀਆਂ ਵਾਂ, ਉਹਨਾਂ ਨੂੰ ਮੇਰੀ ਤਾਂ ਇਹੀ ਬੇਨਤੀ ਆ ਵੀ ਜਿਹੜੇ ਬੂਟੇ ਵੱਧ ਤੋਂ ਵੱਧ ਲਾਏ ਜਾਣ ਤਾਂ ਜੋ ਆਪਣਾ ਜਿਹੜਾ ਅਗਲਾ ਜੀਵਨ ਆਪਾਂ ਵਧੀਆ ਤੇ ਸੁੱਖ ਭਰਿਆ ਬਤੀਤ ਜੀਵਨ ਬਤੀਤ ਕਰੀਏ। ਮੇਰੇ ਸਾਹਿਬ ਤੁਸੀਂ ਤੁਹਾਡੇ ਬੂਟੇ ਤੁਸੀਂ ਵੀ ਲਗਾ ਰਹੇ ਹੋ, ਬੂਟੇ ਵੰਡਦੇ ਵੀ ਆ, ਲੋਕੀ ਲੈ ਕੇ ਵੀ ਜਾਂਦੇ ਆ, ਜਿੱਥੇ ਤੁਸੀਂ ਖੜੇ ਹੋ ਤੇ ਤੀਜੀ ਵਾਰੀ ਬੂਟੇ ਲੱਗ ਰਹੇ ਆ, ਸੰਭਾਲ ਨਹੀਂ ਹੁੰਦੀ? ਬੂਟੇ ਚਲੋ ਠੀਕ ਆ ਜੀ, ਲਾਉਣੇ ਆ, ਸੰਭਾਲਣਾ ਤਾਂ ਕਿਉਂਕਿ ਸਾਰੇ ਭੈਣ ਭਰਾਵਾਂ ਦਾ, ਜੇ ਮੈਂ ਕਹਾਂ ਵੀ ਮੈਂ ਸਾਂਭ ਸਕਦਾ ਜਾਂ ਕੋਈ ਇੱਕ ਭੈਣ ਭਰਾ ਸਾਂਭ ਸਕਦਾ, ਨਹੀਂ, ਇਹ ਸਾਰਿਆਂ ਦੇ ਉਪਰਾਲਾ ਸਦਕਾ ਹੀ ਇਹ ਸੰਭਵ ਹੁੰਦਾ ਵਾ। ਸਾਰੇ ਜੇ ਸਹਿਯੋਗ ਕਰਨਗੇ ਤਾਂ ਮੈਂ ਨਹੀਂ ਸਮਝਦਾ ਵੀ ਇਹ ਜਿਹੜੇ ਬੂਟੇ ਨਾ ਹੋਣਗੇ, ਕਿਉਂਕਿ ਤਕਰੀਬਨ ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਜਿਵੇਂ 50 ਬੂਟੇ ਵੀ ਲਾਏ ਗਏ ਤੇ ਜੇ 25 ਜਾਂ 30 ਵੀ ਹੋ ਗਏ ਤੇ ਅਸੀਂ ਇਹ ਵਡਭਾਗੇ ਸਮਝਾਂਗੇ ਆਪਦੇ ਆਪ ਨੂੰ ਵੀ ਜਿਹੜਾ ਕਿ ਅਸੀਂ ਕੋਈ ਵਧੀਆ ਕਾਰਜ ਕੀਤਾ। ਜਾਣਕਾਰੀ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਤ ਬਾਬਾ ਜਮੇਰ ਸਿੰਘ ਰੱਬ ਜੀ ਮੋਗੇ ਵਾਲੇ, ਜਿਨ੍ਹਾਂ ਦੇ ਸਥਾਨ ਤੋਂ ਸਾਡੇ ਸੇਵਾਦਾਰ ਸਰਦਾਰ ਬਲਵੀਰ ਸਿੰਘ ਰਾਮੋਵਾਲਾ ਭਾਈ ਸਾਹਿਬ ਹੋਣੀ ਸਾਰੇ ਨਾਲ ਇਕੱਠੇ ਹੋ ਕੇ ਅੱਜ ਜੋ ਪੌਦਿਆਂ ਦੀ ਇਹ ਸੇਵਾ ਕਰ ਰਹੇ ਹਾਂ, ਫੁੱਟਪਾਥ ਦੇ ਉੱਤੇ ਜਿੰਨੇ ਵੀ ਫੁੱਲਾਂ ਵਾਲੇ ਪੌਦੇ ਆ ਇਹ ਸਾਰੇ ਲਾ ਰਹੇ ਹਾਂ, ਅਤੇ ਆਉਣ ਵਾਲਾ ਸਮਾਂ ਜਿਹੜਾ ਚੰਗਾ ਆਵੇ, ਵਾਤਾਵਰਨ ਸੋਹਣਾ ਹੋਵੇ, ਸਜਾਵਟ ਹੋਵੇ, ਇਹ ਫੁੱਲਾਂ ਵਾਲੇ ਬੂਟੇ ਜਿੰਨੇ ਵੀ ਲਾ ਰਹੇ ਹਾਂ ਇਸ ਤਰ੍ਹਾਂ ਅੱਜ ਲਾ ਰਹੇ। ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਮੀਤ ਪ੍ਰਧਾਨ ਮੋਗਾ ਜੀ, ਅਤੇ ਮੈਂ ਤਾਂ ਆਪਣੇ ਨਗਰ ਦੇ ਵਿੱਚ ਵੀ ਸਾਰੇ ਬਥੇਰੇ ਬੂਟੇ ਲਾਏ ਆ। ਪਹਿਲਾਂ ਵੀ ਇਹ ਇੱਕ ਪਾਰਟੀ 3 ਸਾਲ ਪਹਿਲਾਂ ਬੂਟੇ ਲਾ ਕੇ ਸਾਡੇ ਪਾਰਕ ਦੇ ਵਿੱਚ 100 ਦੇ ਕਰੀਬ ਬੂਟਾ ਲਾਇਆ ਸੀ ਇਹਨਾਂ ਨੇ,
ਤੇ 100 ਦਾ 100 ਹੀ ਉਹ ਅੱਜ ਫੁੱਲ ਵਾਲਾ ਵੀ ਆ ਤੇ ਫਲ ਵਾਲਾ ਵੀ ਆ ਤੇ ਉਹ ਸਾਰੇ ਬਿਲਕੁਲ ਤਿਆਰ ਆ ਤੇ ਮੇਰੇ ਆਪਦੇ ਖੇਤ ਦੇ ਵਿੱਚ ਮੇਰੇ ਮੁੱਢ ਦੇ ਉੱਤੇ 30 ਬੂਟੇ ਫਲਾਂ ਵਾਲੇ ਲੱਗੇ ਆ ਜਿਹਦੇ ਵਿੱਚ ਨਿੰਬੂ ਸੰਤਰਾ ਚੀਕੂ ਔਲਾ ਜਾਮਣ ਅਮਰੂਦ ਆਮ ਬੂਟੇ ਜਿਹੜੇ ਆਪਾਂ ਪਿੰਡਾਂ ਦੇ ਵਿੱਚ ਕਿਸਾਨ ਮੋਟਰਾਂ 'ਤੇ ਲਾ ਸਕਦੇ ਹਾਂ। ਮੈਂ ਤਾਂ ਇਹੀ ਬੇਨਤੀ ਕਰਦਾ ਵੀ ਹਰੇਕ ਮੋਟਰ ਦੇ ਉੱਤੇ ਜਿੰਨੇ ਵੀ ਵੱਧ ਤੋਂ ਵੱਧ ਬੂਟੇ ਆਪਾਂ ਲਾ ਸਕਦੇ ਹਾਂ ਅਮਰੂਦਾਂ ਦੇ ਜਾਮਣਾਂ ਦੇ ਜਾਂ ਹੋਰ ਨਿੰਬੂਆਂ ਦੇ ਆਮ ਬੂਟੇ ਆਪਣੇ ਲੱਗ ਜਾਂਦੇ ਆ ਮੋਟਰਾਂ ਉੱਪਰ। ਇਹ ਹਰੇਕ ਕਿਸਾਨ ਨੂੰ ਬੇਨਤੀ ਹੈ ਵੀ ਆਪਦੇ ਖੇਤ ਦੇ ਵਿੱਚ ਘੱਟੋ ਘੱਟ 20 ਤੋਂ 25 ਬੂਟੇ ਤੇਰੀ ਮੋਟਰ ਦੇ ਦਸ ਲੱਗੇ ਹੁਣ ਜਿਹੜਾ ਪੂਰਾ ਬਾਗ ਲੱਗੇ ਅਤੇ ਉਹਦੇ ਵਿੱਚ ਬਹਿਣ ਦਾ ਆਨੰਦ ਵੀ ਵੱਖਰਾ। ਜਿਹੜੇ ਫਲ ਆ ਉਹ ਬਿਨਾਂ ਰੇਹ ਸਪਰੇਅ ਤੋਂ ਉਹਨਾਂ ਦਾ ਸਵਾਦ ਵੀ ਵੱਖਰਾ। ਇਹੀ ਬੇਨਤੀ ਕਰਦਾ ਸਾਰੇ ਮੈਂ ਆਪਦੇ ਭਰਾਵਾਂ ਨੂੰ ਜਿੰਨੇ ਕਿਸਾਨ ਵੀਰ ਆ ਵੀ ਆਪੋ ਆਪਣੀਆਂ ਮੋਟਰਾਂ ਉੱਤੇ ਲਾਜ਼ਮੀ ਇਹ ਤੁਸੀਂ ਬੂਟੇ ਇਹ ਲਾਓ।